ਬੈਠ ਜਾਓ ਭਾਜੀ, ਭਾਜੀ ਬੈਠ ਜਾਓ।
Thank you.
Thank you.
Yeah.
महाभक्तां अनुसार सतगुरु जी आप ही ने दत्ता दे पीरपान सरदार चमकौर सिंह करेला निवास जितनी सरसा रूपी पूंजी आप ही ने बसी उतनी खोते जिंदगी की यात्रा में तय कर संसार की यात्रा पूरी करके सतगुरु जी अकाल धारण करके सन दूसरी यात्रा में शांति की बात गुरुत विचार हुई समुची सेवा बिना अनेक प्रकार हो गई अणजान समुची माप ਜਦ ਮਨ ਆਵਾ ਹੋਣ ਦੇ ਗੇਟ ਤੋਂ ਚਾਰ ਕੇ ਰੱਖਣਾ ਜਦ ਮਨ ਦੇ ਗੇਟ ਤੋਂ ਚਾਰ ਕੇ ਰੱਖਣਾ ਚਰਨਾਂ ਤੋਂ ਬਾਅਦ ਵਿਵਾਸ ਪਿੱਛੇ ਪਰਿਵਾਰ ਬੱਚਿਆਂ ਨੂੰ ਸਕੇ ਸੰਬੰਧੀਆਂ ਸਭਨਾਂ ਨੂੰ ਭਾਵਨਾ ਮੰਤਰਾ ਅੰਗ ਸੰਗ ਹੋ ਕੇ ਹਰ ਪ੍ਰਕਾਰ ਦੀ ਸਹਾਇਤਾ ਕਰ ਸਤਿਗੁਰੂ ਜੀ ਕੜੀ ਸੁਣੀ ਬਾਣੀ ਦਾ ਉਪਾਰ ਸ੍ਰੀ ਗੁਰੂ ਵਸਨਾ ਗੁਰੂ ਜੀ ਵਿਵਾਸ ਇਸ ਸੰਬੰਧ ਦੇ ਵਿੱਚ ਸੇਵਕ ਪਰਿਵਾਰ ਨੂੰ ਪਰਿਵਾਰ ਨੂੰ ਮਸ਼ੀਨ ਦਾ ਕਰ ਪਵਿੱਤਰ ਪ੍ਰਾਪਤ ਸ਼ਾਪ ਦੇ ਸੱਚੇ ਹਰ ਸਤ ਪਰਿਵਾਰ ਕਰੀ ਪਾਲ ਸਭ ਪਵਿੱਤਰਾ ਹੁਣ ਲਾਭੋ ਹੋ ਕਰ ਪਰਿਵਾਰ ਦੇ ਹਰ ਪ੍ਰਸ਼ਾਦ ਸੰਤਾਂ ਨੂੰ ਪੜ੍ਹਦੇ ਜੋ ਜੀ ਸਕੇ ਆਪ ਜੀ ਦਾ ਪਵਿੱਤਰ ਨਾਮ ਸਭ ਨਾਮ ਸ੍ਰੀ ਵਾਹਿਗੁਰੂ ਮੇਰੇ ਪ੍ਰਭੂ ਬਖਸ਼ਿਸ਼ ਕਰੋ ਆਪ ਹੀ ਆਪਣਾ ਇਲਾਹੀ ਦਰਗਾਹੀ ਹੁਕਮਨਾਮਾ ਬਸ ਕੇ ਸੰਤਾਂ ਨੂੰ ਸਰਕਾਰ ਹੁਕਮਨਾਮੇ ਦੇ ਚਰਨ ਦੀ ਸਮਰਥਾ ਸੇਵਕ ਪਿਆਰੀ ਵੇਲੋ ਜਨਾ ਹੁਣੇ ਆਪ ਦਾ ਨਾਮ ਸੁਭਾਗ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਆਪਣਾ ਵਿਰਤ ਸੁਭਾਵੇ
Guru, Guru,
ਸਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਡੇ ਵਸ ਨੇ ਅੱਖ ਔਖਾ ਸਰਦਾਰ ਸੰਤੋਖ ਸਿੰਘ ਜੀ ਕ੍ਰਿਕਟ ਨਿਵਾਸੀ ਜਿਤਨੇ ਕੋ ਜ਼ਿੰਦਗੀ ਜਾਂਦਾ ਉਸ ਪਾਕ ਪਰਮਾਤਮਾ ਨੂੰ ਬਖਸ਼ੀ ਉਤਨੀ ਕੋ ਹੋ ਕੇ ਜ਼ਿੰਦਗੀ ਦੀ ਯਾਤਰਾ ਨੂੰ ਤੈਅ ਕਰਕੇ ਸਤਸੰਗ ਕੀ ਮੁਨੀ ਨੂੰ ਹੋ ਕੇ ਉਸ ਪਾਕ ਪਰਮਾਤਮਾ ਪਰਿਵਾਰ ਨੂੰ ਸਭੇ ਸੁਣੀਆਂ ਨੂੰ ਇਸ ਪਾਣੀ ਸੰਸਾਰ ਨੂੰ ਗੁਰਬਾਣੀ ਜਾ ਕੇ ਕੀਰਤਨ ਕਰਦਾਤਾ ਯਕੀਨ ਲੈ ਕੇ ਮਹਾਂਬਾਪਾਂ ਦੇ ਸਾਰ ਸ਼ਬਦ ਕੀ ਕਮੋਏਵਨ ਗੁਰੰਤ ਵਿਚਾਰਾ ਤੇ ਸੰਤਾਂ ਮਹਾਂਪੁਰਸ਼ਾਂ ਦੇ ਵੱਲੋਂ ਪ੍ਰਜਾ ਸਕੈਨ ਕਰਨ ਦੇ ਬਾਅਦ ਜੋ ਗੁਰੂ ਪਿਆਰ ਦੇ ਦਿੱਤਾ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਭੇਜਿਆ ਜਿਨ੍ਹਾਂ ਨੇ ਬੜੇ ਅੱਛੇ ਢੰਗ ਦੇ ਨਾਲ ਵਿਰਾਸਤ ਨੂੰ ਕੀਰਤਨ ਕੀਤਾ ਤੇ ਗੁਰਮੁਖ ਵਿਚਾਰਾਂ ਦੇ ਨਾਲ ਖਾਸ ਸਾਰੀਆਂ ਸੰਤਾਂ ਨੂੰ ਪਰਮੇਸ਼ਰ ਦੇ ਬਾਅਦ ਜੋੜਦਾ ਜਨਮ ਕੀਤਾ ਗੁਰੂ ਪ੍ਰਚਾਰ ਕਰਦੇ ਹਾਂ ਗੁਰੂ ਪਿਆਰਿਆਂ ਦੇ ਕੀਰਤਨ ਕਰਦੇ ਹਾਂ ਇੱਕ ਬੜਾ ਪਿਆਰਾ ਵਚਨ ਤੁਹਾਡੇ ਸਾਹਮਣੇ ਰੱਖਿਆ ਕਿ ਇਹ ਜੋ ਅੰਤ ਦਾ ਸਮਾਂ ਵਿਛੋੜੇ ਦਾ ਸਮਾਂ ਸਤਿ ਹੁੰਦਾ ਆਉਣਾ ਕਦੋਂ ਮੈਂ ਇਸ ਸਮੇਂ ਆਵਾਂ ਇਸ ਥਾਂ ਤੇ ਸਦਾ ਆਵਾਂ ਜੇ ਕੋਈ ਕਦੋਂ ਸੰਸਾਰ ਨੂੰ ਵਿਛੜਨਾ ਕੋਈ ਪਤਾ ਨਹੀਂ ਨਾ ਤੇ ਆਉਣ ਦਾ ਪਤਾ ਨਾ ਇਸ ਜਾਣ ਦਾ ਪਤਾ ਕਿ ਆਪ ਜਾਣ ਕਿਹਨ ਬਣਾਇਆ ਅਗਿਆ ਕਾਲੀ ਕਿਹਨੀ ਮਾਇਆ ਕਿਹਨੀ ਮਾਇਆ ਜਗ ਦੀ ਉਸ ਅਕਾਲ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਰੱਖੀ ਸਾਡੇ ਹੱਥ ਵਿੱਚ ਨਹੀਂ ਨਾ ਤੇ ਪਰਮੇਸ਼ਰ ਨੇ ਸਾਨੂੰ ਇੱਥੇ ਭੇਜਿਆ ਕਿ ਸਾਨੂੰ ਕੁਛ ਕੀ ਭੇਜਣਾ ਕਿ ਤੈਨੂੰ ਕਿਹੜੀ ਥਾਂ ਕਿਸ ਘਰ ਦੇ ਵਿੱਚ ਭੇਜਾਂ ਕਿੱਥੇ ਭੇਜਾਂ ਕਿਹੜੇ ਸ਼ਹਿਰ ਭੇਜਾਂ ਕਿਹੜੇ ਦੇਸ਼ ਭੇਜਾਂ ਨਾ ਹੀ ਇਹ ਤੋਂ ਜਾਣ ਲੱਗੇ ਕਿ ਪਰਮੇਸ਼ਰ ਨੇ ਸਾਡੇ ਉੱਪਰ ਪੁੱਛਣਾ ਤੇ ਉਹਨਾਂ ਨੇ ਮਾਰ ਕੋਈ ਆਪਣੇ ਹੱਥ ਦੇ ਕੋਈ ਸਾਡੀਆਂ ਦੋੜਾਂ ਰੱਖਣਾ ਜਦ ਤੋਂ ਇਹ ਭੇਜ ਦਿੱਤਾ ਦੋ ਪਰਮੇਸ਼ਰ ਦੇ ਹੱਥ ਵਿੱਚ ਹੈ ਜਦੋਂ ਮਨ ਆਇਆ ਉਸ ਵੇਲੇ ਲੈਣੀ ਉਹ ਤੇ ਇਹ ਨਹੀਂ ਪਤਾ ਕਿ ਬਚਪਨ ਦੇ ਵਿਚਾਰ ਜਵਾਨੀ ਦੇ ਵਿਚਾਰ ਬੁਢਾਪੇ ਵਿੱਚ ਹੋਣਾ ਕੁਝ ਨਹੀਂ ਪਤਾ ਕਿਉਂਕਿ ਸਾਨੂੰ ਸਾਡੀ ਜ਼ਿੰਦਗੀ ਦਾ ਕੁਝ ਨਹੀਂ ਪਤਾ ਅਸੀਂ ਬਚਪਨ ਦੇ ਵਿਚਾਰ ਜਵਾਨੀ ਦੇ ਵਿਚਾਰ ਬੁਢਾਪੇ ਦੇ ਵਿਚਾਰ ਕਦੋਂ ਰੋਕ ਨਿਕਲੀ ਹੈ ਮਾਲਕ ਨੇ ਸਾਨੂੰ ਜਾਣਾ ਪੈਣਾ ਚਾਹੇ ਸਾਡੀ ਬਚਨਾ ਹੋਵੇ ਚਾਹੇ ਜਵਾਨੀ ਦੇ ਰੰਗ ਮਾਣ ਦੇ ਹੋਈ ਚਾਹੇ ਬੁਢਾਪੇ ਦੀ ਪਤਾ ਜਗਤੇ ਵਿਛੜੇ ਹੋਈ ਕੋਈ ਪਤਾ ਨਹੀਂ ਕਹਿਣ ਤੋਂ ਭਾਵ ਇਹਦਾ ਸੱਦਾ ਹੈ ਹਰ ਦੇ ਅੰਦਰ ਤੇ ਗੁਰਮੁਖ ਪਿਆਰਾਂ ਨੇ ਕੀਰਤਨ ਕਰਦੇ ਹਾਂ ਬੜੀ ਗੱਲ ਵਧੀਆ ਆਪੀ ਇੱਕ ਜੋ ਵਚਨ ਆਖਿਆ ਨਾ ਗੁਰਮੁਖ ਪਿਆਰਾ ਨੇ ਕਿ ਇਹ ਸਮਾਂ ਸਭ ਤੇ ਆਉਣਾ ਤੇ ਨਾਲੇ ਨਾ ਗੁਰਮੁਖ ਪਿਆਰਾ ਨੇ ਇਹ ਵਚਨ ਆਖਿਆ ਕਿ ਸਮਾਂ ਆਉਣ ਤੋਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰ ਲਈ ਤੇ ਆਉਣਾ ਸਭਾ ਹੋ ਜਾਂਦਾ ਗੁਰਸਤ ਨਾਮ ਸ੍ਰੀ ਇਹ ਬੜਾ ਪਿਆਰਾ ਵਚਨ ਇਹਨਾਂ ਨੇ ਆਖਿਆ ਤੇ ਇਸੇ ਵਚਨ ਦੀ ਗਵਾਹੀ ਮਿਲਦੀ ਹੈ ਕਿ ਸਦਾ ਜਗਤ ਵਿੱਚ ਆਇਆ ਸੰਸਾਰ ਦੇ ਵਿੱਚ ਆਇਆ ਹੈ ਇਸ ਕੰਮ ਵਾਸਤੇ ਆਇਆ ਮਨੁੱਖਾ ਜਨਤਾ ਜੋ ਬੋਸ ਹੈ ਉਹ ਪੂਰਿਆਂ ਕਰਨ ਵਾਸਤੇ ਆਇਆ ਹੈ ਤੇ ਪੂਰਿਆਂ ਕਰਨਾ ਕਿਵੇਂ ਕਰਨਾ ਪਰਮੇਸ਼ਰ ਦੇ ਬਾਗ ਵਿੱਚ ਧਾਸ਼ੀ ਨੂੰ ਦੇਖ ਵਾਸਤਾ ਸੱਜੇ ਪਾਤਸ਼ਾਹ ਨੇ ਆਪਣੀ ਬਾਣੀ ਦੀ ਵਿਆਖਿਆ ਕਰਨ ਲਈ ਸਾਧੂ ਗੋਬਿੰਦ ਦੇ ਹੁਣ ਬਾਪੂ ਮਾਨ ਸਜਨ ਅਮੋਲ ਉਪਾਇਓ ਬਿਰਖਾ ਕਰੇ ਗਵਾਹ ਸੇਵਕਾਂ ਦੇ ਗ੍ਰਹਿ ਕੇ ਸਵੇਰੇ ਗੁਰੂ ਸ੍ਰੀ ਸਾਹਿਬ ਪਾਠ ਸਾਹਿਬ ਦੀ ਪੂਰਨਤਾ ਕੀਤੀ ਭੋਗ ਪਾਇਆ ਜੋ ਹੁਕਮਨਾਮਾ ਆਇਆ ਕਿ ਮਾਨ ਜਨਮ ਬਲਾ ਮੋਲ ਪਾਇਆ ਮਨ ਦਾ ਮੋਲ ਰਾਮ ਦੇ ਸਭ ਤੋਂ ਪਾਇਆ ਮਨੁੱਖਾ ਜਨਮ ਬੜਾ ਮੋਲ ਹੈ ਬੜਾ ਦੁਰਲਭ ਹੈ ਬੜਿਆ ਭਾਗਾਂ ਦੇ ਮਨ ਹੁੰਦਾ ਹੈ ਜਦੋਂ ਮਿਲ ਗਿਆ ਤੇ ਯਤਨ ਕਰੀਏ ਤਾਂ ਸੁਭਾਅ ਹੁੰਦਾ ਤੇ ਯਤਨ ਕਰੀਏ ਕਿ ਜੋ ਸਾਡਾ ਮਨੋਰ ਹੈ ਮਨੋਰ ਦੇ ਬਾਬੇ ਨਹੀਂ ਮਿਲੀ ਹੈ ਇਹ ਸਰੀਰ ਮਿਲਿਆ ਉਸ ਨੂੰ ਪੂਰਾ ਕਰੇ ਤੇ ਕਿਵੇਂ ਪੂਰਾ ਕਰਨਾ ਤੇ ਧੰਨ ਸ਼ੁਰੂ
देर बाद सचिव पातशाह कहते बहुत गरीब होगा दो बजे मना कैट करिए सुहाओ समा ज्यादा हो चुके हैं मैं बीमार रखना हूं तो हम सरदार गौर सिंह के सपुत्र सरदार अरविंद सिंह जी गुरु का कदम दस्तार की जा रही है तो गुरु का देव सेवा का प्रधान जी सरदार मैल सिंह जी उन्होंने बेनती है गुरु का कदम सरदार अरविंद सिंह दस्तार जी की कृपा करो जी काका गुरविंदर सिंह बेनती है सपना के सामने होगी प्रेम के नाम श्रद्धा करके मथा टेके गुरु का कदम दस्तार प्राप्त करें जी स्थान पर बैठ के निशान साहब हाइड्रोविक जो लगाया जाना है निशान साहब की सेवा के बाद परिवार के वालों 1,00,000 रुपए सेवा करवाई गई है गुरुद्वारा अरदास साहब ढाबा परिवार के वालों 5,100 रुपए सेवा करवाई गई है पीरखाना ढाबा इस बात स्थाना के बाद से भी 5,100 रुपया सेवा करवाई गई है माता रानी मंदिर इस स्थान की बात से भी परिवार वालों 5,100 रुपए सेवा करवाई गई है प्राइमरी स्कूल पिंड डाबा इस स्कूल के बाद से भी परिवार वालों 5,100 रुपए सेवा करवाई है गुरुद्वारा साहब शहीद भाई मान सिंह जी मान सिंह नगर इस स्थान की बात से भी 5,100 रुपए परिवार वालों सेवा करवाई है इन्होंने सारे स्थानों की बात से परिवार के वालों मैं अपने मन सेवा करी है मेरे सतगुरु जी कृपा कर परिवार की सेवा करें पाओ विशे रूप शांति बख्शन चरणा कमलों में निवास बख्शन हूँ साढ़े बिच कुछ प्रवक्ते सज्जन पहुंचे हैं सो बीबी राजपत कौर जी भाजी के एम एल ए भी साढ़े बिच पहुंचे हैं सो इन्हों का भी बहुत बहुत धन्यवाद है सरपंच बीबी रविंदर कौर जी पिंड डाला ये भी साढ़े तक पहुंचे हैं इन्हों का भी बहुत बहुत धन्यवाद है मां परमजीत सिंह जी बीबी पिंड डाले तो ये भी साढ़े तक पहुंचे हैं इन्हों का भी बहुत बहुत धन्यवाद है सरदार अमरप्रीत सिंह लाली पंजाब कांग्रेस के प्रधान कोर कमेटी के मैंबर भी हैं ये भी साढ़े तक पहुंचे हैं इन्हों का भी बहुत बहुत धन्यवाद है सरदार इंद्रजीत सिंह रूपी इतों के कौंसल नवे बड़े हैं ये भी साढ़े पहुंचे हैं सो इन्हों का भी बहुत बहुत परिवार धन्यवाद है सरदार सिमरत सिंह बैंस एम एल ए जो कि साढ़े पहुंचे सन तो जल्द ही चले गए हैं किसी काम वास्ते जाना सी सो वो भी साढ़े पहुंचे सन इन्हों का भी बहुत बहुत धन्यवाद है बीबी अमनप्रीत कौर बैग ये भी साढ़े पहुंचे हैं सवेरे सारे सज्जनों का बहुत बहुत धन्यवाद आप सारे रिश्तेदार सखी संबंधियों का बहुत बहुत धन्यवाद परिवार के वालों जिन्होंने कीमती समय के कुछ भी समा कट के परिवार के शामिल होकर परिवार दर्द बढ़ाया है और सरदार कौर सिंह जी की विशेष रूप की शांति की बात की अंतम दाल के शामिल होकर आप सारी संतान ने आप शांति की बात की अरदास बेनती की है आप सारी संगत का सके संधियों का इन्होंने सज्जनों का सारे भाई परिवार वालों बहुत बहुत धन्यवाद सारे जी आया हूँ देख बरते हैं बाद सारे संगतों के बाद चाह के लंगर भी खा रहे हैं और गुरु के लंगर भी प्रशादा इन्होंने नहीं छकिया परिवार गुरु की बेनती है भाई गुरु के लंगर भी जरूर छक के जाने की कृपालता करनी आओ जिन्हें समाज बरतेगी आप सारे गुरुमंत्र का जाप करिए सतनाम वाहेगुरु सतगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु
நகையா அப்புறம் நகையா நகையில் வாடலாம் எல்லாம் போதும்.